वाहेगुरू जी का खालसा, वाहेगुरू जी की फतेह। देखो जिला लुधियाना पोकल पेंड 6 फेज़ दे विच, देखो जी पहला तो इत्थे कोई पटदा पिया सीगा, बाकी देखदे आ की दबिया वा। पहला तो इत्थे पटदे पिया सीगा, आ जगह इत्थे पट्टी हुई आ ते कुछ दबिया होया वा, ते बाकी ये मैं देखदा वा, हुण देखदा पिया वा वी की दबिया वा, पट के देखण लग्गिया। आ लै इत्थों फड़ी मोबाइल, बिल्कुल आ चीज़ आउणी चाहीदी आ। आउंदी आ ताजा ही पट्टिया, ਇਹ ਬੜਾ ਵਿੱਚ ਹੈਗਾ ਕੀ ਆ, ਆ ਰਹੀ ਹੈ ਵੀਡੀਓ ਪੂਰੀ? ਹਾਂ ਅੱਜ ਗੰਦਾ ਹੀ ਆ ਕੱਪੜਾ, ਹੁਣ ਇਹ ਨਹੀਂ ਪਤਾ ਕੀ ਹੈ। ਹੋਊਗਾ ਇਹ 'ਚ ਕੁਛ, ਕੁਛ ਹੋਊਗਾ, ਇਹਨੂੰ ਕਿੱਦਾਂ ਖੋਲੀਏ? ਉਹੀ ਨਿਆਣਿਆਂ ਕੋਲ ਜਾਣਾ ਹੁੰਦਾ ਵਾ, ਮੈਂ ਤਾਂ ਨਿਆਣਿਆਂ ਕੋਲ ਜਾਣਾ ਹੁੰਦਾ, ਜਵਾਕ ਜੂਕ ਹੋਊਗਾ। ਪੂਰੀ ਬਣਾ ਵੀਡੀਓ ਜੀ, ਜਵਾਕ ਹੀ ਆ। ਰਾਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਦੇਖੋ ਜੀ, ਇਸ ਟਾਈਮ ਗੱਲ ਹੈ ਪੋਕਲ ਪੈਂਡ ਦੀ, ਪੋਕਲ ਪੈਂਡ 6 ਫੇਜ਼ ਦੇ ਵਿੱਚ ਬਿਜਲੀ ਹਾਈ ਪਾਵਰ ਦੀ ਉੱਥੇ, ਮਤਲਬ ਬਿਜਲੀ ਘਰ ਆ, ਉਹਦੇ ਨਾਲ ਪਾਰਕ ਆ, ਪਾਰਕ ਦੇ ਨਾਲ ਹੀ ਮੇਰੀ ਉੱਥੇ ਸੌਣੀ ਆ, ਅਤੇ ਸੌਣੀ ਤੋਂ ਆਪਾਂ ਰਾਤ ਨੂੰ ਚੱਲ ਜਾਈਦਾ। ਅਤੇ ਉਹ ਆਪਣਾ ਰਾਤ ਨੂੰ ਮਤਲਬ 9 ਵਜੇ ਮੈਂ ਗਿਆ, 9 ਵਜੇ ਜਦੋਂ ਮੈਂ ਗਿਆ ਉੱਥੇ, ਮੈਂ ਜਦੋਂ ਸਵੇਰ ਨੂੰ ਦੁਕਾਨ ਦਕੂਨ ਜਾ ਕੇ ਲਾਈ ਆ, ਜਾ ਕੇ ਮੈਂ ਪਿੱਛੇ ਗੇੜਾ ਗੂੜਾ ਕੱਢਿਆ, ਅਤੇ ਉੱਥੇ ਜਗ੍ਹਾ ਮਤਲਬ ਪੱਟੀ ਪਈ ਸੀਗੀ, ਅਤੇ ਉਹ ਜਗ੍ਹਾ ਮੈਂ ਦੇਖੀ ਆ ਵੀ ਇਹ ਮੈਂ ਤਾਂ ਪੱਟੀ ਨਹੀਂ, ਵੀ ਇਹ ਕਿਹੜਾ ਪੱਟ ਗਿਆ ਜਗ੍ਹਾ। ਉਹ ਜਦੋਂ ਫਿਰ ਮੈਂ ਉਹਨੂੰ ਫੋਲਣ ਦੀ ਕੋਸ਼ਿਸ਼ ਕੀਤੀ, ਜਦ ਫੋਲਣ ਲੱਗਿਆ ਤਾਂ ਫਿਰ ਮੇਰੇ ਦਿਮਾਗ 'ਚ ਆਇਆ ਵੀ ਪਤਾ ਨਹੀਂ ਹੁਣ ਇੱਥੇ ਕੀ ਆ ਅਤੇ ਕੀ ਨਹੀਂ। ਫਿਰ ਮੈਂ ਵੀਡੀਓ ਬਣਾਉਣੀ ਚਾਲੂ ਕੀਤੀ, ਵੀਡੀਓ ਬਣਾਉਂਦੇ ਬਣਾਉਂਦੇ ਫਿਰ ਮੈਂ ਪੱਟਿਆ, ਅਤੇ ਪੱਟਣ ਦੇ ਸਾਰ ਹੀ ਫਿਰ ਉਹਦੇ ਵਿੱਚੋਂ ਇੱਕ ਫਲਾਫਾ ਨਿਕਲਿਆ, ਫਲਾਫੇ ਦੇ ਵਿੱਚੋਂ ਫਿਰ ਮੈਂ ਖੋਲਿਆ ਵੀ ਉਹਦੇ ਵਿੱਚੋਂ ਇਹ ਨਹੀਂ ਪਤਾ ਵੀ ਕੀ ਹੈ, ਬੱਚਾ ਕੀ ਹੈ। ਫਿਰ ਵੀ ਮੈਂ ਆਰਾਮ ਨਾਲ ਮੈਂ ਡਰ ਡਰ ਕੇ ਪੱਟਿਆ ਵੀ ਖੂਨ ਨਾਲ ਪੂਰਾ ਲਿਬੜਿਆ ਹੀ ਫਲਾਫਾ, ਅਤੇ ਬਾਅਦ 'ਚ ਜਦੋਂ ਦੇਖਿਆ ਤਾਂ ਉਹਦੇ ਵਿੱਚੋਂ ਇੱਕ ਬੱਚਾ ਨਿਕਲਿਆ, ਅਤੇ ਉਹ ਵੀ ਕੁੱਡੀ ਸੀ। ਬਾਬਾ ਕਿਤੇ ਨਾ ਕਿਤੇ ਇਨਸਾਨੀਅਤ ਵੀ ਸ਼ਰਮਸਾਰ ਹੋਈ, ਕਿਸ ਤਰ੍ਹਾਂ ਦੇ ਇਹ ਦੇਖੋ ਜੀ, ਹੁਣ ਇਹ ਜਿੰਨੇ ਵੀ ਕੀਤੀ ਬਹੁਤ ਘਟੀਆ ਹਰਤ ਕੀਤੀ ਹੈ ਇਹ, ਅਤੇ ਹੈਗਾ ਉੱਥੇ ਆਸ ਗਵਾਂਢ ਕਿਸੇ ਦਾ ਕੰਮ ਹੀ ਹੈ ਕਿ ਉੱਥੇ ਹੈ, ਤਾਂ ਝੁੱਗੀਆਂ ਝੱਗੀਆਂ ਵਾਲੇ ਰਹਿੰਦੇ ਨੇ, ਸਾਰੇ ਲੋਕ ਰਹਿੰਦੇ ਨੇ ਉੱਥੇ 8 ਫੇਜ਼ ਦੇ ਵਿੱਚ ਆ, ਲਾਗੇ ਆਪਣਾ ਉਹਦੇ ਮੰਡੀ ਲੱਗਦੀ, ਸਾਰੇ ਲੋਕ ਉੱਥੇ ਰਹਿੰਦੇ ਨੇ। ਹੁਣ ਉਹ ਤਾਂ ਕੰਮ ਜਿੰਨੇ ਵੀ ਕੀਤਾ ਲਾਗੇ ਸਾਗੇ ਵਾਲੇ ਨੇ ਕਿਸੇ ਨੇ ਕੀਤਾ ਹੈ। ਬਾਬਾ ਜੀ ਮੌਕੇ 'ਤੇ ਪਹੁੰਚ ਗਈ ਸੀ? ਹਾਂਜੀ, ਮੌਕੇ 'ਤੇ ਪਹੁੰਚ ਗਈ, ਪਹਿਲਾਂ ਤਾਂ ਮੈਂ ਆਪਣੇ ਬਾਬਿਆਂ ਨੂੰ ਫੋਨ ਕੀਤਾ, ਪਹਿਲਾਂ ਇਹ ਪਹੁੰਚੇ ਆ, ਅਤੇ ਫਿਰ ਆਪਾਂ ਫੋਨ ਕੀਤਾ ਪੁਲਿਸ ਵਾਲਿਆਂ ਨੂੰ, ਫਿਰ ਬੁਲਾਇਆ, ਪਹਿਲਾਂ ਮੈਂ ਉਹਨਾਂ ਨੂੰ ਪੈਸੇ ਪੱਟ ਲਿਆ, ਪੱਟ ਕੇ ਚੈੱਕ ਕੀਤਾ, ਦੇਖਿਆ ਵੀ ਕੀ ਆ ਇਹ। ਬਾਬਾ ਜੀ ਥਾਣਾ ਕਿਹੜਾ ਪੈਂਦਾ ਜੀ? ਥਾਣਾ ਉੱਥੇ ਦੀ ਦੇਖੋ, ਇਸ ਟਾਈਮ ਜੀਵਨ ਨਗਰ ਚੌਂਕੀ ਪੈਂਦੀ ਆ, ਇਹ ਨਹੀਂ ਪਤਾ ਮੈਨੂੰ ਥਾਣਾ ਕਿ ਚੌਂਕੀ ਆ, ਇਹਨਾਂ ਨਹੀਂ ਪਤਾ। ਬਾਬੇ ਹੁਣ ਪ੍ਰਸ਼ਾਸਨ ਤੋਂ ਕੀ ਮੰਗਿਆ ਹੋ ਜੀ? ਅੱਜ ਕੋਈ ਇਹੀ ਮੰਗਦੇ ਆ ਜੀ ਵੀ ਆਪਣਾ ਵੱਧ ਤੋਂ ਵੱਧ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ, ਪੁੱਛਿਆ ਜਾਵੇ, ਉੱਥੋਂ ਦੇਖਭਾਲ ਉਹਨਾਂ ਦੀ ਪੁਜੇਖੀ ਜਾਵੇ, ਅਤੇ ਜਥੇਬੰਦੀਆਂ ਵੱਲੋਂ ਕਿਸ ਤਰੀਕੇ ਦਾ ਸਟੈਪ ਲਿਆ ਜਾਊਗਾ ਇਹੋ ਜਿਹੇ? ਜਥੇਬੰਦੀਆਂ ਨੂੰ ਦੇਖੋ ਜੀ, ਸਾਡੇ ਬਾਬਾ ਜੀ ਦੱਸਣਗੇ। ਠੀਕ ਹੈ, ਹਾਂਜੀ।